ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MSW Study For Job ਦੇ ਤੇਰੇ MSW Study 24 Job ਔਰ ਗੱਲ ਕਰਾਂਗੇ ਇੱਕ ਪੰਜਾਬ ਦੇ ਵਿੱਚ ਜਿਹੜੀ ਨਵੀਂ ਵੈਕੈਂਸੀ ਨਿਕਲੀ ਹੈ ਜੋ ਕਿ ਮਗਨਰੇਗਾ ਦੇ ਵਿੱਚ ਹੈਗੀ ਆ ਮਗਨਰੇਗਾ ਦੇ ਵਿੱਚ ਜਿਹੜੀ ਵੈਕੈਂਸੀ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ ਦਫਤਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਿੰਗ ਮਗਨਰੇਗਾ ਫਰੀਦਕੋੜ ਵੱਲੋਂ ਜਿਹੜੀ ਕੱਢੀ ਗਈ ਆ ਔਰ ਇਸ ਵੈਕੈਂਸੀ ਦੇ ਵਿੱਚ ਦੀਨ ਜਿਹੜਾ ਤੁਸੀਂ ਦੇਖ ਸਕਦੇ ਹੋ ਕੰਟਰੈਕਟ بیس ਠੇਕੇ ਤੇ ਵੱਖ-ਵੱਖ ਸਾਮੀਆਂ ਦੀ ਜਿਹੜੀ ਭਰਤੀ ਕੀਤੀ ਜਾ ਰਹੀ ਆ ਔਰ ਜਿਸ ਦਾ ਵਿਸਤਾਰਪੂਰਕ ਬੇਰਬਾ ਤੁਸੀਂ ਜ਼ਿਲ੍ਹਾ ਫਰੀਦਕੋਟ ਦੀ ਜਿਹੜੀ ਵੈਬਸਾਈਟ ਹੈਗੀ ਆ ਫਰੀਦਕੋਟ.nic.in ਤੇ ਜਾ ਕੇ ਜਿਹੜਾ ਪੇਖਿਆ ਜਾ ਸਕਦਾ ਔਰ ਕਿੰਨੀ ਵੈਕੈਂਸੀ ਹੈਗੀ ਆ ਲਾਸਟ ਡੇਟ ਕੀ ਹੈ ਕਿਵੇਂ ਅਪਲਾਈ ਕਰਨਾ ਔਰ ਤਨਖਾਹ ਕੀ ਹੋਏਗੀ ਸਾਰੀ ਜਾਣਕਾਰੀ ਤੁਹਾਨੂੰ ਉੱਥੇ ਮਿਲ ਜਾਏਗੀ ਇਸ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਇਹਨਾਂ ਦੀ ਵੈਬਸਾਈਟ ਫਰੀਦਕੋਟ.nic.in ਤੇ ਹੀ ਵਿਲਪਦ ਹੋਵੇਗੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਭਰਤੀ ਹੈਗੀ ਆ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ ਦੇ ਵਿੱਚ ਜਿਹੜੀ ਆਈ ਹੈਗੀ ਆ ਫਰੀਦਕੋਟ ਦੇ ਵਿੱਚ ਔਰ ਅਪਲਾਈ ਕੋਈ ਵੀ ਕਰ ਸਕਦਾ ਠੀਕ ਹੈ ਜੀ ਔਰ ਸਾਡਾ ਕੰਮ ਹੁੰਦਾ ਤੁਹਾਨੂੰ ਅਵੇਅਰ ਕਰਨਾ ਔਰ ਤੁਸੀਂ ਫਾਰਮ ਆਪਣਾ ਖੁਦ ਭਰ ਸਕਦੇ ਹੋ ਔਰ ਤੁਸੀਂ ਸਾਰੀ ਡੀਟੇਲ ਅੱਗੇ ਜਾ ਕੇ ਕੱਢ ਸਕਦੇ ਹੋ ਇਹਨਾਂ ਦੀ ਵੈਬਸਾਈਟ ਤੁਹਾਡੇ ਅੱਗੇ ਰੱਖੀ ਗਈ ਹੈ ਠੀਕ ਹੈ ਜੀ ਆਸਕੇ ਵੀਡੀਓ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਇੱਕ ਹੋਰ ਨਵਾਂ ਵੀਡੀਓ ਲੈ ਕੇ ਜੌਬ ਨੋਰਸਨ ਸਟਡੀ ਨਾਲ ਸੰਬੰਧ ਇਸ ਤਰ੍ਹਾਂ ਤੁਸੀਂ ਜੇਕਰ ਪੀਐਸਟ ਦੀ ਤਿਆਰੀ ਕਰ ਰਹੇ ਹੋ ਸਾਡੇ ਚੈਨਲ ਤੇ ਹਰ ਇੱਕ ਲੈਕਚਰ ਜਿਹੜਾ ਤੁਹਾਨੂੰ ਅਪਡੇਟ ਮਿਲੇਗਾ ਚਾਹੇ ਪੇਪਰ 1 ਹੈ ਚਾਹੇ ਪੇਪਰ 2 ਹੈ ਔਰ ਸਾਈਕੋਲੋਜੀ ਐਸਐਸਟੀ ਪੰਜਾਬੀ ਪੈਡਾਗੋਜੀ ਸੋਸ਼ਲ ਸ ਠੀਕ ਹੈ ਪੈਡਾਗੋਜੀ ਜਿਸ ਨੂੰ ਕਹਿ ਸਕਦੇ ਆਂ ਇੰਗਲਿਸ਼ ਪੈਡਾਗੋਜੀ ਹਰ ਇੱਕ ਲੈਕਚਰ ਜਿਹੜਾ ਤੁਹਾਨੂੰ ਅਪਡੇਟ ਮਿਲ ਜਾਏਗਾ ਠੀਕ ਹੈ ਜੀ ਇਸ ਤੋਂ ਇਲਾਵਾ 6th ਤੋਂ 8th ਕਲਾਸ ਦੇ ਨੋਟਸ ਜਿਹੜੇ ਤੁਸੀਂ ਬਿਲਕੁਲ ਸਮਾਲ ਕੋਸਟ ਦੇ ਵਿੱਚ ਲੈ ਸਕਦੇ ਹੋ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਇੱਕ ਲਿੰਕ ਮਿਲ ਜਾਏਗਾ ਔਰ ਜਿਸ ਤੇ ਜਾ ਕੇ ਤੁਸੀਂ ਉਹ ਨੋਟਸ 6th ਤੋਂ 8th ਕਲਾਸ ਦੇ ਸਾਈਕੋ ਵਿਦ ਕਹਿ ਸਕਦੇ ਆਂ ਆਪਾਂ ਸੋਸ਼ਲ ਸਾਇੰਸ ਦੇ ਲੈ ਸਕਦੇ ਹੋ ਠੀਕ ਹੈ ਜੀ ਆਸ ਆਖੀ ਵੀਡੀਓ ਬਦਲੇ ਇੱਕ ਤਾਂ ਪਲੀਜ਼ ਸ਼ੇਅਰ ਲਾਈਕ ਕਰਨਾ